ਚੋਰਾਂ ਦੇ ਹੌਸਲੇ ਬੁਲੰਦ, ਪੁਲਿਸ ਨੇ ਡਰ ਤੋਂ ਬਗੈਰ ਲਗਾਤਾਰ ਗਿੱਦੜਬਾਹਾ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਨੂੰ ਦੇ ਰਹੇ ਹਨ ਅੰਜਾਮ। ਗਿੱਦੜਬਾਹਾ ਵਿਖੇ ਚੋਰੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਅਜੇ 14 ਤੇ 15 ਦਸੰਬਰ ਦੇ ਦਰਮਿਆਨ ਰਾਤ ਚੋਰਾਂ ਦੇ ਸ਼ਹਿਰ ਵੱਖ-ਵੱਖ ਇਲਾਕਿਆਂ ਦੇ ਵਿੱਚ ਸਥਿਤ ਖਾਲੀ ਪਏ ਹਨ। ਦੋ ਘਰਾਂ ਦੇ ਵਿੱਚ ਆਪਣਾ ਨਿਸ਼ਾਨਾ ਬਣਾਇਆ ਗਿਆ ਸੀ। ਇਸੇ ਤਰ੍ਹਾਂ ਬੀਤੀ ਰਾਤ ਚੋੜਾਂ ਨੇ ਮੁੜ ਆਪਣੀ ਹਾਜ਼ਰੀ ਲਵਾਉਂਦਿਆਂ ਗਿੱਦੜਬਾਹਾ ਦੇ ਸਟੇਟ ਬੈਂਕ ਇੰਡੀਆ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਚੋਰੀ ਨੂੰ ਅੰਜਾਮ ਦਿੱਤਾ। ਜੀ ਰਾਤ ਅਸੀਂ 7 ਵਜੇ ਲੈਬ ਕਲੋਜ਼ ਕਰਕੇ ਗਏ ਆ। ਜਦੋਂ ਸਵੇਰੇ ਮਾਰਨਿੰਗ ਆਏ ਸਾਡਾ ਗੱਲਾਂ ਟੁੱਟਿਆ ਹੋਇਆ ਪੈਸੇ ਦਾ ਲਗਭਗ 50-100 ਦੇ ਆਸ ਪਾਸ ਪੇਮੈਂਟ ਸੀ ਤੇ ਹੋਰ ਮਸ਼ੀਨਾਂ ਦੀ ਤਾਰਾਂ ਤੂਰਾਂ ਪੱਟ ਕੇ ਗੇਟ ਭੰਨ ਕੇ ਪੌੜੀਆਂ ਲਈ ਤੇ ਠਾਣੇ ਅਸੀਂ ਦਿੱਤੀ ਦਰਖਾਸਤ ਕਰ ਰਹੀ ਕੈਮਰੇ ਕੋਲ ਚੈੱਕ ਕਰਨ ਆਉਣਗੇ। ਕੈਮਰਿਆਂ ਦੇ ਵਿੱਚ ਆਇਆ ਤੁਹਾਡੇ ਕੋਈ ਸੀਸੀਟੀਵੀ? ਸਰ ਆਏ 3 ਬੰਦੇ ਹਨ। ਕੀ ਤੁਹਾਡੀ ਡਿਮਾਂਡ ਕੀ ਹੈ ਇਸ ਟਾਈਮ? ਹੁਣ ਡਿਮਾਂਡ ਸਰ ਇਨਸਾਫ ਮਿਲੇ। ਤੁਹਾਨੂੰ ਲੱਗਦਾ ਵੀ ਗਿੱਦੜਬਾਹਾ ਮੰਡੀ ਚ ਚੋਰੀਆਂ ਬਹੁਤ ਹੋ ਰਹੀਆਂ? ਬਹੁਤ ਜ਼ਿਆਦਾ ਸਰ, ਸਾਡੇ ਨਾਲ ਵੀ ਹੋਈ ਆ ਵਕੀਲਾਂ ਦੇ, ਸ਼ੀਸ਼ਾ ਭੰਨ ਕੇ ਗਏ ਆ ਮੰਡੀ ਦੇ ਵਿੱਚ, ਚੋਰੀ 5-6 ਚੋਰੀਆਂ ਹੋਈਆਂ ਆ।